ਅੱਜ ਦੇ ਇਕੱਤਰਤਾ ਦੇ ਵਿੱਚ ਇਕੱਠੇ ਹੋਏ ਮੇਰੇ ਸਾਰੇ ਸਤਿਕਾਰਯੋਗ ਭਰਾਵੋ ਭੈਣੋ ਫਤਿਹ ਅੱਜ ਕਰਦਿਆਂ ਪਹਿਲਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਭਰਾਵੋ ਪਹਿਲਾ ਤਾਂ ਮੈਂ ਤੁਹਾਨੂੰ ਜਿਹੜਾ ਆਪਾਂ ਕੱਲ 24 ਘੰਟੇ ਵਾਲਾ ਕੇਐਮਪੀ ਜਾਮ ਸਾਰਿਆਂ ਦੇ ਸਹਿਯੋਗ ਨਾਲ ਤੁਸੀਂ ਸਫਲ ਕੀਤਾ ਹੈ ਇਹਦੀ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਹੀ ਸਾਰਿਆਂ ਨੂੰ ਵਧਾਈ ਦਿੰਦਾ ਪ੍ਰਸ਼ੰਸਾ ਕਰਦਾ ਤੇ ਨਾਲ ਹੀ ਉਮੀਦ ਕਰਦਾ ਵੀ ਜਿਹੜਾ ਆਉਣ ਵਾਲਾ ਆਪਣਾ ਐਕਸ਼ਨ ਪ੍ਰੋਗਰਾਮ ਹੈ ਉਹਨੂੰ ਵੀ ਆਹੀਂ ਸਾਰੇ ਰਲ ਕੇ ਸਫਲ ਕਰਾਂਗੇ ਦੂਜੀ ਗੱਲ ਮੈਂ ਇੱਕ ਚਿੰਤਾ ਵੀ ਪ੍ਰਗਟ ਕਰਦਾ ਖੁਸ਼ੀ ਦੇ ਨਾਲ ਨਾਲ ਚਿੰਤਾ ਕੀ ਹੈ ਸੁਣ ਲਓ ਸਾਰੇ ਧਿਆਨ ਨਾਲ ਸੁਣ ਲਓ ਭੈਣਾ ਵੀ ਸੁਣ ਲੈਣ ਬਈ ਹਜੇ ਅਪ੍ਰੈਲ ਦੀ ਅੱਜ 11 ਤਰੀਕ ਹੈ ਤੇ ਜਿਹੜਾ ਟੈਂਪਰੇਚਰ ਹੈ ਇੱਥੇ ਦਿੱਲੀ ਦੇ ਵਿੱਚ ਵੀ ਹਜੇ 35 ਡਿਗਰੀ ਹੈ ਤਾਪਮਾਨ ਹੈ ਜਿਹੜਾ ਤੇ ਮਈ ਦੇ ਅੱਧ ਤੱਕ ਇਹ ਅੰਦਾਜ਼ਾ ਹੈਗਾ ਵੀ 45 48 ਡਿਗਰੀ ਤੱਕਰ ਟੈਂਪਰੇਚਰ ਇੱਥੇ ਜਾ ਬੜੂਗਾ ਹੁਣ ਜਦੋਂ ਹਜੇ 35 ਡਿਗਰੀ ਦਾ ਟੈਂਪਰੇਚਰ ਹੈ ਐਡੀ ਕੋਈ ਸਖਤ ਗਰਮੀ ਵੀ ਨਹੀਂ ਕੱਲ ਅਸੀਂ ਸਾਰਾ ਦਿਨ ਉੱਥੇ ਕੇਐਮਪੀ ਤੇ ਗੁਜ਼ਾਰਿਆ ਪਰ ਅੱਜ ਮੈਂ ਵੇਖਦਾ ਆਇਆ ਮੈਂ ਮਗਰੋਂ ਹੋ ਰਸੋਈ ਟੱਬੇ ਕੋਲੋਂ ਚੱਲਿਆ ਆਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਅਸੀਂ ਛੰਨਾ ਪਾ ਲਿਆ ਕਾਨਿਆਂ ਦੀਆਂ ਬਾਸਾਂ ਦੀਆਂ ਝੌਂਪੜੀਆਂ ਬਣਾ ਲਈਆਂ ਬੰਦਿਆਂ ਨੇ ਪੱਖੇ ਛੱਡੇ ਹੋਏ ਨੇ ਮੰਜੇ ਤੇ ਪਏ ਆ ਕਿੰਦਾ ਭਾਵ ਉਹਨਾਂ ਨੂੰ ਐਨੇ ਇੱਕ 35 ਡਿਗਰੀ ਗਰਮੀ ਦੇ ਵਿੱਚ ਸਟੇਜ ਤੇ ਕਰਾਉਣ ਵਾਲਾ ਕੰਮ ਔਖਾ ਲੱਗਦਾ ਹੈ ਵੀ ਤੋਂ ਪੈ ਗਰਮੀ ਹੈ ਕਿਵੇਂ ਉੱਥੇ ਟਿਕਰ ਜਾਵਾਂਗੇ ਤੁਰ ਕੇ ਸੋ ਭਰਾਵੋ ਇਸ ਗੱਲੋਂ ਮੈਂ ਕਹਿਣਾ ਵੀ ਇਹ ਚਿੰਤਾ ਵਾਲੀ ਗੱਲ ਹੈ ਇਹ ਸਾਰਿਆਂ ਨੂੰ ਇਸ ਗੱਲ ਤੇ ਚਿੰਤਾ ਕਰਨੀ ਚਾਹੀਦੀ ਹੈ ਇੱਕ ਕਹਾਵਤ ਕਹਿ ਲਓ ਜਾਂ ਟੋਟਕਾ ਹੈਗਾ ਉਹ ਬਹੁਤ ਠੁਕਦਾ ਇਸ ਤੇ ਕਹਿੰਦੇ ਵੀ ਅਕਬਰ ਤੇ ਬੀਰਵਾਲਾ ਕਿਸੇ ਸਮੇਂ ਜਾ ਰਹੇ ਸੀਗੇ ਦੋਨੇ ਰਸਤੇ ਦੇ ਵਿੱਚ ਉਹਨੇ ਕਿ ਦੇਖਿਆ ਵੀ ਇੱਕ ਜਿਹੜਾ ਕਿਸਾਨ ਹੈ ਧੁੱਪ ਦੇ ਵਿੱਚ ਬਾਹੇ ਹੋਏ ਬਾਣ ਦੇ ਵਿੱਚ ਥੱਲੇ ਡਲੇ ਹੋਏ ਨੇ ਰੋੜੇ ਡਲੇ ਆ ਜਿਹੜੇ ਬਾਹੇ ਸੁੱਕੇ ਬਾਣ ਦੇ ਡਲਿਆ ਤੇ ਗੂੜੀ ਨੀਂਦ ਦੇ ਵਿੱਚ ਸੁੱਤਾ ਪਿਆ ਤੇ ਉਹ ਅਕਬਰ ਹੈਰਾਨ ਹੋਇਆ ਹੈਰਾਨ ਹੋ ਕੇ ਉਹਨੂੰ ਨਾਲ ਵੀਰਵਾਲ ਨੂੰ ਜਾਣ ਨਾਲ ਜਾ ਰਿਹਾ ਸੀ ਉਹਨੂੰ ਪੁੱਛਿਆ ਕਹਿੰਦਾ ਵੀ ਇਹ ਬੰਦੇ ਦੀ ਜਾਤ ਪਤਾ ਕਰੋ ਕਿਹੜੀ ਜਾਤ ਹੈ ਵੀ ਇੰਨੀ ਗਰਮੀ ਦੇ ਵਿੱਚ ਡਲਿਆਂ ਦੇ ਵਿੱਚ ਉਹ ਇੰਨੀ ਗੂੜੀ ਨੀਂਦ ਦੇ ਵਿੱਚ ਸੁੱਤਾ ਪਿਆ ਤਾਂ ਵੀਰਵਾਲ ਸਾਰੀ ਕਹਿੰਦੇ ਆ ਵੀ ਸਿਆਣਾ ਸੀਗਾ ਬੁੱਧੀਮਾਨ ਸੀਗਾ ਉਹ ਕਹਿੰਦਾ ਜੀ ਇਹ ਜਾਤ ਨਾਲ ਨਹੀਂ ਇਹਦਾ ਕੋਈ ਸਬੰਧ ਗੂੜੀ ਨੀਂਦ ਦਾ ਧੁੱਪ ਦੇ ਵਿੱਚ ਡਲਿਆਂ ਦੇ ਉੱਤੇ ਇਹਦਾ ਹਾਲਾਤ ਨਾਲ ਸੰਬੰਧ ਹੈ ਬੰਦਾ ਜਿਉਂਦਾ ਕਿਹੋ ਜਿਹੇ ਹਾਲਤਾਂ ਚ ਹੈ ਬੰਦਾ ਜਾਤ ਮਲੂਕ ਨਹੀਂ ਹੁੰਦਾ ਹਾਲਤ ਮਤ ਮਲੂਕ ਹੁੰਦਾ ਹੈ ਪਰ ਉਹ ਅਕਬਰ ਜਿਹੜੇ ਰਾਜੇ ਹੁੰਦੇ ਛੇਤੀ ਕੀਤੇ ਨਹੀਂ ਮੰਨਦੇ ਹੁੰਦੇ ਉਹ ਕਹਿੰਦਾ ਜੀ ਮੈਂ ਨਹੀਂ ਮੰਨਦਾ ਤਾਂ ਵੀਰਵਾਲ ਕਹਿੰਦਾ ਜੀ ਮੈਨੂੰ 6 ਮਹੀਨੇ ਦੇ ਦਿਓ ਫਿਰ ਉਹ ਕਹਿੰਦਾ ਵੀ ਲੈ ਲਾ ਉਹਨੇ 6 ਮਹੀਨੇ ਲੈ ਕੇ ਉਹ ਕਿਸਾਨ ਨੂੰ ਠਾ ਲਿਆ ਵੀ ਚੱਲ ਮਿੱਤਰਾ ਤੇਰੀ ਭਗਤੀ ਹੋ ਗਈ ਪੂਰੀ ਜਲ ਤੇਰੇ ਨਾਲ ਮਹਿਲਾ ਦੇ ਵਿੱਚ ਸਭ ਤਰ੍ਹਾਂ ਦੇ ਤੇਰੇ ਕੋਲੇ ਨੌਕਰ ਚੱਕਰ ਹੋਣੀਆਂ ਸਾਰੀਆਂ ਸਹੂਲਤਾਂ ਆਉਣੀਆਂ ਸੁਖ ਆਰਾਮ ਜ਼ਿੰਦਗੀ ਹੋਊਗੀ ਤੇ ਉਹੀ ਗੱਲ ਹਜੇ 6 ਮਹੀਨੇ ਨਹੀਂ 4 ਕਿੰਨੇ ਹੋਏ ਸੀਗੇ ਪੂਰਾ ਉਹ ਹਾਲਤ ਦੇ ਹਿਸਾਬ ਨਾਲ ਆਰਾਮ ਪ੍ਰਸਤ ਤੇ ਸੋਹਣ ਹੋ ਗਿਆ ਜੀ ਤੇ ਉਹਨੇ ਕੀ ਕੀਤਾ ਚੈੱਕ ਕਰਨ ਲਈ ਖਾਤਰ ਵੀਰਵਾਲ ਨੇ ਜਿਹੜੇ ਉਹਦੇ ਨੌਕਰ ਸੀਗੇ ਜਿਹੜਾ ਉਹਦਾ ਕੱਪੜਾ ਲੀੜਾ ਬਿਸਤਰਾ ਵਿਛਾਉਂਦੇ ਸੀਗੇ ਉਹ ਬਿਸਤਰੇ ਦੇ ਵਿੱਚ ਦੋ ਬਰੇਮਿਆਂ ਦਾ ਜਿਹੜੇ ਖਪਾਦੇ ਜਿਹੜੇ ਮੋٹے-ਮੋٹے ਨਰਮੇ ਦੇ ਬਰੇਮੇ ਹੁੰਦੇ ਆ ਉਹ ਵਿੱਚ ਪਾਤੇ ਉਹਦੇ ਗਦੈਲੇ ਦੇ ਵਿੱਚ ਜਿਹੜੇ ਉੱਤੇ ਪਿਆ ਸੀ ਉਹ ਮੈਂ ਟਾਈਮ ਮੇਰਾ ਮੈਂ ਹੋਰ ਵੀ ਬੋਲਣੀਆਂ ਪਰ ਮੈਂ ਗੱਲ ਪੂਰੀ ਕਰ ਕਰੂਗਾ ਇਹ ਜੁੜਦੀ ਆਪਣੇ ਨਾਲ ਗੱਲ ਉਹਨੇ ਕੀ ਕੀਤਾ ਵੀ ਰਾਤ ਨੂੰ ساری ਰਾਤ ਉਹਦੇ ਬਰੇਮੇ ਚੂਵੀ ਗਏ ਤੇ ਤੜਕੇ ਜਿਹੜਾ ਨੌਕਰ ਸੀਗਾ ਉਹਨੂੰ ਸੱਦ ਕੇ ਕਹਿੰਦਾ ਰਾਤ ਦੱਸੋ ਕਿਹੜਾ ਨੌਕਰ ਸੀ ਜਿਹਨੇ ਮੇਰਾ ਬਿਸਤਰਾ ਵਿਛਾ ਕੇ ਗਿਆ ਉਹ ਆ ਗਿਆ ਜੀ ਕਹਿੰਦਾ ਮੈਂ ਵਿਛਾ ਕੇ ਗਿਆ ਉਸਨੇ ਪੁੱਛਿਆ ਤਨ ਮਾਰੇ ਉਹਦੇ ਕੰਨ ਤੇ ਕਹਿੰਦਾ ਤੂੰ ਚੈੱਕ ਨਹੀਂ ਕੀਤਾ ਮੇਰਾ ਬਿਸਤਰਾ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ ਚਲੋ ਜੀ ਉਹਨੇ ਨੌਕਰ ਨੇ ਵਿਚਾਰੇ ਨੇ ਕੀ ਕਹਿਣਾ ਸੀਗਾ ਉਹ ਵੀਰਵਲ ਕੋਲੇ ਜਾਵੜਿਆ ਵੀ ਜੀ ਮੈਨੂੰ ਉਹ ਬੰਦੇ ਨੇ ਮੇਰੇ ਨਾਲ ਵਰਤਾਓ ਗਲਤ ਕੀਤਾ ਮੈਨੂੰ ਗਾਲਾਂ ਦਿੱਤੀਆਂ ਮੈਨੂੰ ਕੁੱਟਿਆ ਉਹ ਕਹਿੰਦਾ ਕੁੱਟਿਆ ਕਿਹੜੀ ਗੱਲੋਂ ਉਹਨੂੰ ਤਾਂ ਪਤਾ ਹੀ ਸੀਗਾ ਕਹਿੰਦਾ ਵੀ ਮੇਰੇ ਬਿਸਤਰੇ ਦੇ ਵਿੱਚ ਮੇਰੇ ਗਦਲੇ 'ਚ ਬੜੇਵੇਂ ਨਹੀਂ ਚੈੱਕ ਕੀਤੇ ਤੂੰ ਚਲੋ ਕਹਿੰਦਾ ਜੀ ਤੇਰੀ ਵੀ ਭਗਤੀ ਪੂਰੀ ਹੋ ਗਈ ਹੁਣ ਚੱਲ ਕਹਿੰਦਾ ਮੇਰਾ ਵੀ ਕਹਿੰਦਾ ਜਿਹੜਾ ਮਨੋਰਥ ਸੀਗਾ ਉਹ ਵੀ ਪੂਰਾ ਹੋ ਗਿਆ। ਉਹਨੂੰ ਲੈ ਜਾਂਦਾ ਅਕਬਰ ਕੋਲੇ। ਉਹ ਕਹਿੰਦਾ ਜੀ ਆਹ ਵੇਖੋ ਉਸੇ ਜਾਤ ਵਾਲਾ ਬੰਦਾ ਹੀ ਆ ਨਾ ਉਹੀ ਬੰਦਾ। ਕਹਿੰਦੇ ਹਾਂ। ਕਹਿੰਦੇ ਰਾਤ ਇਹਨੇ ਨੌਕਰ ਨੂੰ ਇਸ ਗੱਲ ਕਰਕੇ ਕੁੱਟਿਆ। ਵੀ ਮੈਨੂੰ ਸਾਰੀ ਨੀ ਰਾਤ ਨੀਂਦ ਨਹੀਂ ਆਈ ਕਿਉਂਕਿ ਜਿਹੜੇ ਮੇਰੇ ਗਦੈਲੇ ਦੇ ਵਿੱਚ ਬਿਸਤਰੇ 'ਚ ਮੇਰੇ ਬੜੇਵੇਂ ਜਿਹੜੇ ਦੋਸ ਜਿਹੜੇ ਚੱਕ ਨਹੀਂ ਕੀਤਾ ਚੁਬਦੇ ਰਹੇ ਨੇ। ਕਹਿੰਦੇ ਉਹੀ ਆ ਬੰਦਾ ਨਾ ਇਹ ਜਿਹੜਾ ਗਰਮੀ ਦੀ ਰੁੱਤ ਦੇ ਵਿੱਚ ਧੁੱਪ ਦੇ ਵਿੱਚ ਬਾਹੇ ਹੋਏ ਬਾਣ ਦੇ ਡਲਿਆਂ ਦੇ ਉੱਤੇ ਸੁੱਤਾ ਪਿਆ ਸੀਗਾ ਜੱਤ ਤਾਂ ਵੀ ਉਹੀ ਐ ਹਾਲਾਤ ਬਦਲ ਗਏ ਸੋ ਭਰਾਵੋ ਮੈਨੂੰ ਚਿੰਤਾ ਤਾਂ ਐ ਮੈਂ ਜਿਹੜੀ ਏਡੀ ਵੱਡਾ ਟੋਟਕਾ ਸੁਣਾਇਆ ਵੀ ਅਸੀਂ ਤੁਹਾਨੂੰ ਸੁਖਰਾਮ ਐਨੀ ਦੇਦਗੇ ਇੱਥੇ ਵੀ ਤੁਹਾਡੀ ਹਾਲਾਤ ਹੀ ਬਦਲ ਜਾਣ ਮੈਦੇ ਵਿੱਚ ਸਾਨੂੰ ਜਾਣਾ ਸੀ ਕੂਚ ਕਰਨਾ ਸੰਸਦ ਕੂਚ 60 ਕਿਲੋਮੀਟਰ ਇਥੋਂ ਦੂਰੀ ਐ ਇਹ ਗਰਮੀ ਵੀ ਹੁਣ ਨਾਲੋਂ 10-15 ਡਿਗਰੀ ਵੱਧ ਹੋਊਗੀ ਕਿਤੇ ਸਾਡਾ ਉਹ ਬੜੇਵੇਂ ਵਾਲੇ ਕਿਸਾਨ ਵਾਲਾ ਹਾਲ ਨਾ ਹੋ ਜਾਏ ਭਰਾਵੋ ਇਸ ਗੱਲ ਦੀ ਚਿੰਤਾ ਸਮਝ ਗਏ ਹੱਥ ਖੜੇ ਕਰੇਗਾ ਸਮਝ ਗਏ ਚਲੋ ਠੀਕ ਹੈ ਤੁਨ ਭਾਗ ਇਸ ਕਰਕੇ ਭਰਾਵੋ ਸਾਨੂੰ ਅਸੀਂ ਇੱਥੇ ਕਿਸੇ ਮੈਰਿਜ ਪੈਲਸ ਦੇ ਵਿੱਚ ਨਹੀਂ ਆਏ ਬਰਾਤ ਦੇ ਵਿੱਚ ਨਹੀਂ ਆਏ ਅਸੀਂ ਮੋਰਚੇ 'ਚ ਆਏ ਆ ਮੋਰਚੇ ਦੇ ਵਿੱਚ ਹਰ ਦੁੱਖ ਤਕਲੀਫ ਸਹਿਣ ਲਈ ਜੇ ਬੰਦਾ ਤਿਆਰ ਹੋਊਗਾ ਕੁਰਬਾਨੀ ਕਰਨ ਲਈ ਤਿਆਰ ਹੋਊਗਾ ਫੇਰ ਹੀ ਪਹਿਲਾਂ ਕੁਝ ਗਵਾਉਣਾ ਪੈਂਦਾ ਕੁਰਬਾਨੀ ਕਰਨੀ ਪੈਂਦੀ ਹੈ ਫੇਰ ਹੀ ਪਾਉਣਾ ਪੈਂਦਾ ਫੇਰ ਹੀ ਬੰਦਾ ਪਾ ਸਕਦਾ ਪ੍ਰਾਪਤੀ ਕਰ ਸਕਦਾ ਸਾਡਾ ਵਿਰਸਾ ਹੈ ਯਾਦ ਕਰੋ ਸਾਡੇ ਵਿਰਸੇ ਨੂੰ ਪੰਜਵੇਂ ਗੁਰੂ ਅਰਜਨ ਦੇਵ ਸਾਹਿਬ ਨੂੰ ਜੂਨ ਦਾ ਮਹੀਨਾ ਸੀਗਾ ਮਈ ਦਾ ਵੀ ਨਹੀਂ ਸੀਗਾ ਥੱਲਿਓ ਉੱਤੋਂ ਸੂਰਜ ਦੀ ਧੁੱਪਾ ਥੱਲਿਓ ਤਵੀ ਦਾ ਸੇਕ ਉੱਤੋਂ ਤੱਤਾ ਰੇਤਾ ਉਹ ਉਹਨਾਂ ਦੇ ਵਾਰਿਸ ਆਏ ਸੀ ਤੇ ਜੇ ਅਸੀਂ 45 35 ਡਿਗਰੀ ਗਰਮੀ ਨਹੀਂ ਸਹਿ ਸਕਦੇ 35 ਡਿਗਰੀ ਗਰਮੀ ਦੇ ਵਿੱਚ ਤੁਰ ਕੇ ਇੱਥੇ ਧੁੱਪ ਦੇ ਵਿੱਚ ਇੱਥੋਂ ਤੱਕ ਕਿੰਨੇ ਆ ਸਕਦੇ ਫੇਰ ਭਰਾਵੋ ਸਾਨੂੰ ਉਹਨਾਂ ਦੇ ਵਾਰਿਸ ਕਹਾਉਣ ਦਾ ਹੱਕ ਹੱਕ ਨਹੀਂ ਬਣਦਾ ਸਾਡਾ ਐਵੇਂ ਸਾਨੂੰ ਫੋਟੋਆਂ ਲਾਉਣ ਦਾ ਕੋਈ ਹੱਕ ਨਹੀਂ ਸੋ ਫੀਲ ਨਾ ਕਰਨਾ ਗੱਲ ਰੜਕੀ ਮੈਨੂੰ ਮਾੜੇ ਇਸ ਕਰਕੇ ਮੈਂ ਤੁਹਾਨੂੰ ਰੜਕਾਈ ਹੈ ਤੇ ਮੈਨੂੰ ਉਮੀਦ ਹੈ ਵੀ ਤੁਸੀਂ ਜ਼ਰੂਰ ਗੌਰ ਕਰੋਗੇ ਅਗਲੀ ਗੱਲ ਜਿਹੜੀ ਮੈਂ ਕਰਨਾ ਚਾਹਣਾ ਵੀ ਜਿਹੜਾ ਸਾਡਾ ਭਰਾਵੋ ਦੁਸ਼ਮਣ ਨਾਲ ਸਾਡੇ ਡਾਡੇ ਦੁਸ਼ਮਣ ਨਾਲ ਸਾਡਾ ਪੇਚਾ ਪਿਆ ਸਾਡੀ ਟਾਈ ਪਈ ਹੋਈ ਐ ਉਹ ਤੁਹਾਡਾ ਕੋਈ ਹਮਦਰਦ ਨਹੀਂ ਵੀ ਹਮਦਰਦੀ ਨਾਲ ਹੀ ਤੁਹਾਡੀ ਗੱਲ ਮੰਨ ਕੇ ਤੁਹਾਡੀਆਂ ਮੰਗਾ ਮੰਨ ਕੇ ਤੁਹਾਨੂੰ ਖੁਸ਼ ਕਰਕੇ ਵਾਪਸ ਮੋੜ ਦੇ ਉਹ ਸਾਡਾ ਮਿੱਤਰ ਨਹੀਂ ਸਾਡਾ ਦੋਸਤ ਨਹੀਂ ਸਾਡਾ ਵਿਰੋਧੀ ਆ ਪੱਕਾ ਕਾਰਪੋਰੇਟ ਘਰਾਣਿਆਂ ਦਾ ਦੋਸਤ ਹੈ ਸਾਡਾ ਦੁਸ਼ਮਣ ਹੈ ਉਹ ਦੁਸ਼ਮਣ ਪੋਲੇ ਪੈਰ ਨਹੀਂ ਗੱਲਾਂ ਮੰਨਦਾ ਹੁੰਦਾ ਗੁਰਬਾਣੀ ਵੀ ਕਹਿੰਦੀ ਆ ਹੱਥਾਂ ਬਾਝ ਕਰਾਰਿਆਂ ਬੈਰੀ ਮਿੱਤ ਨਾ ਹੋਏ ਮਿੱਤ ਹੋਣ ਦਾ ਭਾਵ ਬੈਰੀ ਫੇਰ ਹੀ ਮੰਦਾ ਜੇ ਮੂਰੋ ਤੁਸੀਂ ਲੜਨ ਵਾਲੇ ਕਰੜਿਓ ਤੁਹਾਡਾ ਇਰਾਦਾ ਦਰੜਾ ਤੁਹਾਡਾ ਤੁਸੀਂ ਹਰ ਕਰਵਾਨੇ ਲਈ ਤਿਆਰ ਹੈ ਫੇਰ ਜਾ ਕੇ ਜਿਹੜਾ ਮਿੱਤ ਹੈ ਜਿਹੜਾ ਦੁਸ਼ਮਣ ਹੈ ਉਹਨੂੰ ਮਨਾਇਆ ਜਾ ਸਕਦਾ ਸੋ ਇਸ ਕਰਕੇ ਉਹਦਾ ਜਿਹੜਾ ਸਾਡਾ ਦੁਸ਼ਮਣ ਕੱਲਾ ਹੀ ਨਹੀਂ ਜਾਵਰੀ ਨਹੀਂ ਡਾਡਾ ਹੀ ਨਹੀਂ ਤਕੜਾ ਹੀ ਨਹੀਂ ਸਗੋਂ ਕਮੀਨਾ ਵੀ ਐ ਹਰ ਤਰ੍ਹਾਂ ਦੀਆਂ ਕਮੀਨੀਆਂ ਚਾਲਾਂ ਸਾਡੇ ਘੋਲ ਨੂੰ ਫੇਲ ਕਰਨ ਲਈ ਖਤਰੋ ਚੱਲ ਰਿਹਾ ਇਹ ਤੋਂ ਪਹਿਲਾਂ ਬੁਲਾ ਰਹੇ ਨੇ ਬਹੁਤ ਦਸਗਿਆ ਹੋਣੀਆਂ ਸੋਨੋ ਐਨ ਆਈਏ ਦੇ ਨੋਟਸ ਭੇਜਣੇ ਵੀ ਤਾਂ ਕਿ ਨੋਟਸਾਂ ਤੋਂ ਡਰਦੇ ਜਿਹੜੇ ਹਮੈਤੀਓ ਪਿੱਛੇ ਹਟ ਜਾਣ ਆਗੂ ਆ ਪਿੱਛੇ ਹਟ ਜਾਣ ਈਡੀ ਐ ਜਿਹੜੀ ਇੱਕ ਇਹਨਾਂ ਦੀ ਆ ਪੈਸਿਆਂ ਨੂੰ ਚੈੱਕ ਕਰਨ ਵਾਲੀ ਕਿਸੇ ਦੀ ਆਮਦਨ ਚੈੱਕ ਕਰਨ ਵਾਲੀ ਸੰਸਥਾ ਹੈਗੀ ਐ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਕਹਿ ਦਿੰਦੇ ਐ ਛੋਟੀ ਉਹਦੇ ਵੱਲੋਂ ਛਾਪੇ ਮਰਵਾਉਣੇ ਇਹ ਇਹ ਤੋਂ ਪਹਿਲਾਂ ਆ ਚੁੱਕੇ ਨੇ ਝੁੱਠੇ ਕੇਸ ਪਾ ਕੇ ਘਰ ਘਰ ਜਾ ਕੇ ਛਾਪੇ ਮਾਰਨੇ ਵੀ ਛੋਟਾ ਮੁੰਡਾ ਵੀ ਉੱਥੇ ਸੀਗਾ ਛੋਟਾ ਮੁੰਡਾ ਵੀ ਉੱਥੇ ਸੀਗਾ ਉਹਨਾਂ ਨੂੰ ਡਰਾਉਣਾ ਤਾਂ ਕਿ ਉਹ ਦੁਬਾਰੇ ਦਿੱਲੀ ਆਉਣ ਦੀ ਜ਼ਰੂਰਤ ਨਾ ਕਰਨ ਤੇ ਇਹਦੇ ਨਾਲ ਹੀ ਇੱਕ ਜਿਹੜੀ ਹੋਰ ਕੱਲ ਪਰਸੋਂ ਉਹਨਾਂ ਨੇ ਇੱਕ ਬੰਨੀ ਕਾਰਵਾਈ ਕੀਤੀ ਹੈ ਉਹ ਸਿਰੇ ਹੀ ਲਾਇਆ ਹੋਇਆ ਦੋ ਸਾਡੇ ਜਿਹੜੇ ਨੌਜਵਾਨ ਇੱਕ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਗੁਰਦੀਪ ਸਿੰਘ ਨਾਂ ਦਾ ਮੁੰਡਾ ਵਕਾਲਤ ਦਾ ਕੋਰਸ ਕਰਦਾ ਜਿਹਨੂੰ ਲਾ ਕਹਿ ਦਿੰਦੇ ਆ ਲਾਦਾ ਕੋਰਸ ਕਰਦਾ ਸੀ ਦਿੱਲੀ ਵਾਲੀ ਪੁਲਿਸ ਨੇ ਉਥੋਂ ਯੂਨੀਵਰਸਿਟੀ ਦੇ ਵਿੱਚੋਂ ਜਾ ਕੇ ਚੱਕਿਆ ਅੰਬਾਲੇ ਉਹਨੂੰ ਰੱਖਿਆ ਅੰਬਾਲੇ ਥਾਣੇ ਦੇ ਵਿੱਚ ਸਾਰੀ ਰਾਤ ਉਹਦੇ ਦਾ ਤਸ਼ੱਦਦ ਕਰਦੇ ਰਹੇ ਸਾਰੀ ਰਾਤ ਤਸ਼ੱਦਦ ਕੀਤਾ ਵੀ ਤੂੰ ਉਸ ਸਧਾਣਿਆ ਪਿੰਡ ਦਾ ਹੈਗਾ ਲੱਖੇ ਸਧਾਣੇ ਦੇ ਚਾਚੇ ਦਾ ਮੁੰਡਾ ਹੈ ਵੀ ਲੱਖਾ ਸਧਾਣਾ ਕਿੱਥੇ ਰਹਿੰਦਾ ਤੂੰ ਦੱਸ ਉਹ ਕਹਿੰਦਾ ਵੀ ਮੈਂ ਤਾਂ ਪੜਦਾ ਨਾ ਮੈਂ ਕਿਸੇ ਕੱਠ ਚ ਗਿਆ ਨਾ ਮੈਂ ਕਿਸੇ ਰੈਲੀ ਚ ਗਿਆ ਨਾ ਮੈਂ ਧਰਨੇ ਚ ਗਿਆ ਮੈਂ ਤਾਂ ਬਕਾਲਤ ਕਰ ਰਿਹਾ ਇੱਥੇ ਠੀਕ ਹੈ ਮੇਰਾ ਰਿਸ਼ਤੇਦਾਰ ਹੈਗਾ ਉਹ ਮੇਰੇ ਤਾਏ ਦਾ ਲੜਕਾ ਹੈਗਾ ਪਰ ਮੈਨੂੰ ਕੋਈ ਪਤਾ ਨਹੀਂ ਉਹਨੂੰ ਸਾਰੀ ਰਾਤ ਉਹਦਾ ਮੂੰਹ 'ਚ ਕੱਪੜਾ ਦੇ ਕੇ ਸਾਰੀ ਰਾਤ ਉਹਦੇ ਤੇ ਤਸ਼ੱਦਦ ਕੀਤਾ ਤੇ ਹੁਣ ਉਹ ਮੁੰਡਾ ਭਾਵੇਂ ਛੜ ਤਾ ਉਹ ਬਠਿੰਡੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਹੈ ਬਹੁਤ ਉਲੀ ਜਿਹੜੀ ਹਾਲਤ ਮਾੜੀ ਹਾਲਤ ਹੈ ਸੋ ਇਹਨੂੰ ਪੁੱਛਣਾ ਹੋਵੇ ਵੀ ਜਿਹੜੇ ਸਾਨੂੰ ਕਹਦੇ ਆ ਵੀ ਕਾਨੂੰਨ ਦਾ ਰਾਜ ਆ ਇੱਥੇ ਕੀ ਇਹ ਕਾਨੂੰਨ ਕਹਿੰਦਾ ਪਹਿਲੀ ਗੱਲ ਤਾਂ ਉਹਦੇ ਤੇ ਕੋਈ ਕੇਸ ਹੀ ਨਹੀਂ ਉਹ ਕਿਸੇ ਕਾਰਵਾਈ 'ਚ ਹੀ ਨਹੀਂ ਨਾ ਉਹਦੇ ਤੇ ਕੋਈ ਪਰਚਾ ਉਹਦੇ ਤੇ ਬਿਨਾ ਪਰਚੇ ਤੋਂ ਐ ਚੱਕ ਕੇ ਉਹਨੂੰ ਮਰਨ ਵਾਲਾ ਕਰਕੇ ਉਸ ਤੋਂ ਬਾਅਦ ਉਹਦੀ ਪੜ੍ਹਾਈ ਛਡਾ ਕੇ ਉਹਨੂੰ ਹਸਪਤਾਲ ਦੇ ਵਿੱਚ ਪਾ ਦੇਣਾ ਇਹ ਅਸੀਂ ਪੁੱਛਦੇ ਆ ਵੀ ਇਹ ਕਿਹੜੇ ਸੰਵਿਧਾਨ ਦੇ ਮਤਾਂਕ ਕਾਰਵਾਈ ਹੈ ਕਿਹੜੇ ਕਾਨੂੰਨ ਦੀ ਬਤਾਓ ਕਾਰਵਾਈ ਹੈ ਇਹ ਜਿਹੜੀ ਦਿੱਲੀ ਵਾਲੀ ਪੁਲਿਸ ਹੈ ਜਿਹੜੇ ਕਾਨੂੰਨ ਦੇ ਰਾਜ ਦੀ ਗੱਲ ਕਰਦੀ ਹੈ ਜਾਂ ਜਿਹੜੀ ਦਿੱਲੀ ਦੀ ਮੋਦੀ ਸਰਕਾਰ ਹੈ ਕੇਂਦਰ ਸਰਕਾਰੋਂ ਸਾਨੂੰ ਦੱਸੇ ਸਾਨੂੰ ਜਦੋਂ ਕਹਿੰਦੇ ਆ ਵੀ ਤੁਸੀਂ ਭਾਈ ਕਾਨੂੰਨ ਕਾਨੂੰਨ ਮੁਤਾਬਕ ਰਹੋ ਕਾਨੂੰਨ ਮੁਤਾਬਕ ਘੋਲ ਚਲਾਓ ਤਾਂ ਉਹ ਆਪਦੇ ਵਾਰੀ ਕਾਨੂੰਨ ਉਹਨਾਂ ਦੇ ਵਾਰੀ ਕਿੱਧਰ ਜਾਂਦੇ ਨੇ ਦੱਸਣਾ ਚਾਹੀਦਾ ਕੱਲਾ ਦਿੱਲੀ ਦੀ ਸਰਕਾਰ ਨੂੰ ਨਹੀਂ ਪੰਜਾਬ ਸਰਕਾਰ ਨੂੰ ਵੀ ਕਿਉਂਕਿ ਉਹ ਚੱਕਿਆ ਦਿੱਲੀ ਚੋਂ ਨਹੀਂ ਚੱਕਿਆ ਜਾਂ ਹਰਿਆਣਾ ਤੋਂ ਨਹੀਂ ਚੱਕਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬ ਚ ਆਉਂਦੀ ਹੈ ਪੰਜਾਬ ਸਰਕਾਰ ਦੀ ਵੀ ਇਹ ਤਾਂ ਜਵਾਬਦੇਹੀ ਬਣਦੀ ਹੈ ਵੀ ਉਹਦੇ ਸੂਬੇ ਦੇ ਵਿੱਚੋਂ ਜਿੱਥੋਂ ਕਹਿੰਦੇ ਵੀ ਸਾਡਾ ਇਹ ਰਾਜ ਦੇ ਅਧੀਨ ਹੈ ਕੋਈ ਬਾਹਰਲੀ ਤਾਕਤਾਂ ਕੇ ਕਿਸੇ ਬੰਦੇ ਨੂੰ ਇਹ ਕਹਿੰਦੇ ਆ ਵੀ ਅਸੀਂ ਹਰੇਕ ਸ਼ਹਿਰੀ ਦੀ ਹਰੇਕ ਨਾਗਰਿਕ ਦੀ ਜਾਨ ਮਾਲ ਦੀ ਰਾਖੀ ਦੀ ਸਾਡੀ ਜ਼ਿੰਮੇਵਾਰੀ ਹੈ। ਉਹਦੀ ਜਾਨ ਉਹਦਾ ਮਾਲ ਉਹਦਾ ਸਰੀਰਕ ਨੁਕਸਾਨ ਕੀਤਾ ਸਾਰੀ ਉਮਰ ਲਈ ਉਹ ਹੋ ਸਕਦਾ ਉਹ ਤਾਬ ਨਾ ਆਵੇ। ਉਹਦਾ ਜਦੋਂ ਸਰੀਰਕ ਨੁਕਸਾਨ ਨੁਕਸਾਨ ਕੀਤਾ ਇਹ ਕਹਿੰਦੇ ਆ ਵੀ ਅਸੀਂ ਜਾਨ ਮਾਲ ਦੀ ਰਾਖੀ ਦੀ ਜ਼ਿੰਮੇਵਾਰੀ ਹੈ ਸਰਕਾਰ ਦੀ। ਤਾਂ ਫੇਰੇ ਵੀ ਜਵਾਬ ਦੇਣ ਵੀ ਤੁਹਾਡੇ ਰਾਜ ਦੇ ਵਿੱਚੋਂ ਕੋਈ ਬਾਹਰਲੀ ਤਾਕਤ ਆ ਕੇ ਚੱਕ ਕੇ ਲੈ ਕੇ ਜਾਂਦੇ ਤੁਸੀਂ ਕੀ ਕਰਦੇ ਹੋ ਉਹਦੇ ਤੇ ਤੁਸੀਂ ਕੀ ਕਾਰਵਾਈ ਕਰਦੇ ਹੋ ਜਿਹੜੇ ਸਾਡੇ ਤੇ ਪਰਚੇ ਦਰਜ ਕਰਦੇ ਹੋਲੇ ਝੂਠੇ ਕੀ ਉਹਨਾਂ ਤੇ ਸੱਚਾ ਪਰਚਾ ਤੇ ਕੋਈ ਦਰਜ ਕਰੂਗਾ ਇਹ ਭਰਾਵੋ ਮੈਂ ਜਿਹੜਾ ਦੋ ਮਸਾਲਾ ਇੱਕ ਜਿਹੜੀ ਦੂਜੀ ਮਸਾਲ ਹੈਗੇ ਆ ਰੋਲਦੂ ਸਿੰਘ ਮਾਨਸਾ ਪੰਜਾਬ ਕਿਸਾਨ ਯੂਨੀਅਨ ਦੇ ਸੂਬੇ ਦੇ ਪ੍ਰਧਾਨ ਹੈ ਖੁੰਡੇ ਵਾਲਾ ਬਾਬਾ ਵੀ ਕਹਿ ਦਿੰਦੇ ਆ ਉਹਨੂੰ ਉਹਦੇ ਪੋਤੇ ਨੂੰ ਵੀ ਮਾਨਸਾ ਥਾਣੇ ਵਾਲਿਆਂ ਨੇ ਚੱਕ ਕੇ ਉਹ ਮੀਟਿੰਗ ਕਰਾ ਰਹੇ ਸੀ ਕੋਈ ਦਿੱਲੀ ਨੂੰ ਆਉਣ ਲਿਜਾਣ ਦੀ ਖਾਤਰ ਉਹਨੂੰ ਚੱਕ ਕੇ ਸਾਰੀ ਰਾਤ ਉਹਨੂੰ ਥਾਣੇ 'ਚ ਰੱਖਿਆ ਭਾਵੇਂ ਚੇਤੇ ਨਹੀਂ ਕੀਤਾ ਪਰ ਬਿਨਾਂ ਵਜ੍ਹਾ ਚੱਕ ਕੇ ਕਿਸੇ ਨੂੰ ਸਾਰੀ ਰਾਤ ਥਾਣੇ 'ਚ ਰੱਖਣਾ ਇਹ ਇਹ ਵੀ ਕੋਈ ਕਾਨੂੰਨ ਦੇ ਅਧੀਨ ਕਾਨੂੰਨੀ ਕਾਰਵਾਈ ਨਹੀਂ ਬਣਦੀ ਸੋ ਮੈਂ ਜਿਹੜੀਆਂ ਦੋ ਮਸਾਲਾਂ ਭਰਾਵੋ ਦਿੱਤੀਆਂ ਨੇ ਇਹ ਜਿਹੜਾ ਸਾਡਾ ਦੁਸ਼ਮਣ ਆ ਉਹ ਕਮੀਨਾ ਕਿੰਨਾ ਜਾਬਰ ਵੀ ਹੈਗਾ ਡਾਡਾ ਵੀ ਹੈਗਾ ਨਾਲ ਕਬੀਨਾ ਵੀ ਕਿੰਨਾ ਮੈਂ ਉਹਦੇ ਕਬੀਨਗੀ ਦਿਖਾਉਣ ਦੀ ਖਾਤਰ ਉਹਦੀ ਬਦਮਾਸ਼ੀ ਦਿਖਾਉਣ ਦੀ ਖਾਤਰ ਇਹ ਦੋ ਬਸਾਲਾ ਪੇਸ਼ ਕੀਤੀਆਂ ਨੇ ਸੋ ਭਰਾਵੋ ਜੇ ਇਹਨਾਂ ਨਾਲ ਪਟਾਈ ਪਈ ਹੋਈ ਆਪਣੇ ਆਪਣਾ ਪੇਚਾ ਪਿਆ ਹੋਇਆ ਜੇ ਇਹਨਾਂ ਨੂੰ ਢਾਉਣਾ ਹੈ ਇਹਨਾਂ ਨੂੰ ਹਰਾਉਣਾ ਹੈ ਮੋਰਚਾ ਫਤਿਹ ਕਰਨਾ ਤਿੰਨੇ ਕਾਲੇ ਕਰੂਨ ਰੱਦ ਕਰਾ ਕੇ ਤੇ ਐਮਐਸਪੀ ਦੀ ਗਾਰੰਟੀ ਕਰਾ ਕੇ ਕਾਲੇ ਦੂਜੇ ਜਿਹੜੇ ਪਰਚੇ ਰੱਦ ਕਰਾ ਕੇ ਵਾਪਸ ਪੰਜਾਬ ਨੂੰ ਜਾਣਾ ਹੈ ਤਾਂ ਫਿਰ ਉਹ ਇਹ ਜਾਂ ਦਿਰੜ ਇਰਾਦਾ ਉਹ ਇਹ ਜੀ ਇਰਾਦਾ ਸ਼ਕਤੀ ਦਿਖਾਉਣੀ ਪਊਗੀ ਮਾਨਸਿਕ ਤੌਰ ਤੇ ਆਪਣੇ ਆਪ ਨੂੰ ਉਹ ਇਹ ਜੀ ਤਿਆਰੀ ਲਈ ਤਿਆਰ ਕਰਨਾ ਪਵੇਗਾ ਜਿਹੜੀਆਂ ਆ ਸੁਖ ਸੁਹਤਾਲੀ ਜ਼ਿੰਦਗੀ ਹੈ ਐਸ਼ ਰਾਮ ਵਾਲੀ ਜ਼ਿੰਦਗੀ ਹੈ ਅਸੀਂ ਇੱਥੇ ਐਸ਼ ਰਾਮ ਕਰਨ ਨਹੀਂ ਆਏ ਉਹ ਸਾਰੀ ਤਿਆਗਣੀ ਪੈਣੀ ਹੈ ਸੋ ਭਰਾਵੋ ਗਾਹਾਂ ਆਪਣਾ ਜਿਹੜਾ ਮਈ ਦਾ ਪ੍ਰੋਗਰਾਮ ਦਿੱਤਾ ਕੱਲ ਵੀ ਬੋਲੇ ਆਪਾਂ ਕੇਐਮਪੀ ਵਾਲੀ ਸਟੇਜ ਤੋਂ ਵੀ ਬੀ ਆਪਣਾ ਕੈਲਾ ਵਾਲੇ ਐਕਸ਼ਨ ਦਾ ਪੂਰਾ ਹੀ ਕਾਮਯਾਬ ਰਹਾ ਉਹਦੀ ਕਾਮਯਾਬੀ ਦੀ ਨਿਸ਼ਾਨੀ ਇਹ ਹੈਗੀ ਆ ਵੀ ਹਜੇ ਆਪਾਂ 3 ਘੰਟੇ ਆਪਣਾ ਜਾਮ ਸ਼ੁਰੂ ਹੋਏ ਨੂੰ ਹੋਏ ਸੀ 11 ਵਜੇ ਸੀ ਹਜੇ 11 ਵਜੇ ਜਿਹੜਾ ਦਿੱਲੀ ਦਾ ਰਾਜਧਾਨੀ ਖੇਤਰ ਹੈ ਉਹ ਸਾਰਾ ਸੀਜ਼ ਹੋ ਗਿਆ ਸੀਗਾ ਟ੍ਰੈਫਿਕ ਫਸ ਕੇ ਖੜ ਗਈ ਸੀ ਜਾਮ ਅਸੀਂ ਲਾਇਆ ਕੇਐਮਪੀ ਤੋਂ ਤੇ ਸੀਜ਼ ਹੋ ਗਿਆ ਰਾਜਧਾਨੀ ਖੇਤਰ ਸੋ ਉਹਦੇ ਨਾਲ ਝਟਕਾ ਲੱਗਿਆ ਸਫਲ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਹੁਣ ਆਪਣਾ ਅਗਲਾ ਐਕਸ਼ਨ ਪ੍ਰੋਗਰਾਮ ਆਣਾ ਉਹਦੇ ਵਿੱਚ ਹਜੇ ਘੱਟੋ ਘੱਟ ਮਹੀਨਾ ਪਿਆ 20 ਦਿਨਾਂ ਦੇ ਵਿੱਚ ਆਪਲੀ ਸਾਰੀ ਤਿਆਰੀ ਕਰ ਲੋ ਆਪਣਾ ਜਿਹੜਾ ਦਾਣਾ ਫੱਕਾ ਕਣਕ ਵੜਨੇ ਆ ਦਾਣਾ ਫੱਕਾ ਵੇਚਣਾ ਤੂੜੀ ਤੰਬ ਸਾਂਭਣੇ ਆ ਅਪ੍ਰੈਲ ਦੇ ਮਹੀਨੇ ਚ ਕਰ ਹਜੇ 20 ਦਿਨ ਪਏ ਆ ਬਾਡੀ ਦਾ ਪੂਰਾ ਜੋਰ ਆ 20 ਦਿਨਾਂ ਦੇ ਵਿੱਚ ਸਾਰਾ ਕੰਮ ਮੁਕੰਮਲ ਹੋ ਜਾਓ ਮਸ਼ੀਨਰੀ ਹੈਗੀ ਐ ਸੋ ਉਸ ਤੋਂ ਬਾਅਦ ਸਾਰਾ ਮੁਕੰਮਲ ਕਰਕੇ ਸਾਰਾ ਕੰਮ ਨਿਵੇੜ ਕੇ ਜਿੱਥੇ-ਜਿੱਥੇ ਵੀ ਆਪਾਂ ਹੁਣ ਤੱਕ ਪ੍ਰਚਾਰ ਕੀਤਾ ਬਥੇਰ ਗਿਆ ਆਪਾਂ ਪ੍ਰੈਸ ਮਹਾਪੰਚੇਤਾ ਕੀਤੀਆਂ ਨੇ ਮਹਾ ਕਾਨਫਰੰਸਾਂ ਕੀਤੀਆਂ ਨੇ ਕਿਸਾਨ ਕਾਨਫਰੰਸਾਂ ਪੰਜਾਬ ਚ ਵੀ ਹਰਿਆਣਾ ਚ ਰਾਜਸਥਾਨ ਚ ਯੂਪੀ ਚ ਉਹਨਾਂ ਕਾਨਫਰੰਸਾਂ ਦਾ ਫਾਇਦਾ ਅਸੀਂ ਤਾਂ ਹੀ ਸਮਝਾਂਗੇ ਜਿਉ ਕਾਨਫਰੰਸ ਆਲਾ ਇਕੱਠ ਹਾੜੀ ਸੰਭੜ ਤੋਂ ਬਾਅਦ ਇੱਥੇ ਆਉਂਦਾ ਦਿੱਲੀ ਬਾਰਡਰਾਂ ਤੇ ਆਉਂਦਾ ਜੇ ਮਈ ਮਹੀਨੇ ਦੇ ਸ਼ੁਰੂ ਦੇ ਵਿੱਚ ਜੇ ਇੱਥੇ ਪਹੁੰਚਦਾ ਫੇਰ ਇਹੋ ਕਾਨਫਰੰਸਾਂ ਦਾ ਅਸੀਂ ਕਹਾਂਗੇ ਮੋਰਚੇ ਨੂੰ ਫਾਇਦਾ ਨਹੀਂ ਸਾਡੇ ਜਿੰਨਿਆਂ ਨੇ ਅਸੀਂ ਕੀਤੀਆਂ ਨੇ ਜਾਂ ਜਿੰਨੇ ਅਸੀਂ ਬੋਲ ਕੇ ਆਏ ਆ ਉੱਥੇ ਅਸੀਂ ਸਮਝਾਂਗੇ ਵੀ ਉਹ ਸਾਡੀ ਸਾਰੀ ਮਿਹਨਤ ਨੇ ਫਲ ਗਈ ਹੈ ਜੇ ਉਹ ਕਾਨਫਰੰਸ ਵਾਲਾ ਇਕੱਠ ਇੱਥੇ ਨਹੀਂ ਆਉਂਦਾ ਠੀਕ ਆ ਉਹਨਾਂ ਕਾਨਫਰੰਸ ਦਾ ਫਿਰ ਅਸੀਂ ਕਹਾਂਗੇ ਵੀ ਬੋਟ ਪਾਰਟੀਆਂ ਨੂੰ ਸਿਆਸੀ ਪਾਰਟੀਆਂ ਨੂੰ ਜ਼ਰੂਰ ਲਾਭ ਹੋ ਜੂਗਾ ਇੱਕ ਨਾ ਜੋ ਦੋ ਨੂੰ ਪਰ ਉਹਦਾ ਮੋਰਚੇ ਦਾ ਲਾਭ ਨਹੀਂ ਹੋਊਗਾ ਜੇ ਉਹ ਇਕੱਠ ਇੱਥੇ ਨਹੀਂ ਆਉਂਦਾ ਸੋ ਸਾਰਿਆਂ ਸਾਨੂੰ ਉਹਨਾਂ ਪ੍ਰਬੰਧਕਾਂ ਨੂੰ ਵੀ ਅਸੀਂ ਕਹਿ ਲਿਆ ਵੀ ਜਿੰਨਾ ਪ੍ਰਬੰਧਕਾਂ ਨੂੰ ਕਾਨਫਰੰਸਾਂ ਕਰਵਾਈਆਂ ਨੇ ਤੇ ਸਾਨੂੰ ਬੁਲਾਇਆ ਉੱਥੇ ਦੂਜੇ ਸੂਬਿਆਂ ਦੇ ਵਿੱਚ ਵੀ ਬੰਗਾਲ ਤੱਕ ਲਿਜਾ ਕੇ ਬੁਲਾਇਆ ਸਾਨੂੰ ਉਹਨਾਂ ਪ੍ਰਬੰਧਕਾਂ ਨੂੰ ਵੀ ਸਾਡੀ ਕਹਿਣਾ ਸਾਡੀ ਸੁਣਾਉਣੀ ਹੈ ਉਹਨਾਂ ਨੂੰ ਵੀ ਉਹ ਕਾਨਫਰੰਸ ਵਾਲਾ ਜਿਹੜਾ ਕੱਠ ਹੈ ਉਹ ਮਈ ਮਹੀਨੇ ਦੇ ਇੱਥੇ ਪਹੁੰਚੇ ਲੱਖਾਂ ਕਿਸਾਨਾਂ ਦਾ ਮਜ਼ਦੂਰਾਂ ਦਾ ਹੋਰ ਜਿਹੜੇ ਕਾਰੋਬਾਰੀ ਲੋਕਾਂ ਦਾ ਕੱਠ ਹੋਵੇ ਤੇ ਅਸੀਂ ਸਰਕਾਰ ਨੂੰ ਵਿਪਤਾ ਪਵੇ ਵੀ ਜਿਹੜਾ ਇਹ ਲੱਖਾਂ ਕਿਸਾਨ ਹੈ ਇਹਦਾ ਹੁਣ ਅਸੀਂ ਕੀ ਕਰਗੇ ਇਨੂੰ ਕੁੱਟ ਕੇ ਜਾਂ ਇਹਦੀ ਮੰਨਗੇ ਇਹ ਉਹਦਾ ਸਵਾਲ ਹੈ ਉਹ ਖੜਾ ਹੋਣਾ ਚਾਹੀਦਾ ਫੇਰ ਹੀ ਸਰਕਾਰ ਗੌਰ ਕਰੂਗੀ ਥਾਲੀ 'ਚ ਪਰੋਸ ਕੇ ਕੋਈ ਸਰਕਾਰ ਹੱਕ ਨਹੀਂ ਦਿੰਦੇ ਹੁੰਦੇ ਫੇਰ ਹੀ ਸਾਡੀ ਗੱਲਬਾਤ ਲਈ ਸੱਦੂਗੀ ਫੇਰ ਹੀ ਸਾਡੇ ਮੰਗਾ ਮੰਨੂਗੀ ਸੋ ਇਹਨਾਂ ਕਹਿੰਦਾ ਹੋਇਆ ਸਾਰੇ ਵੀਰਾਂ ਦਾ ਭੈਣਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ